मोगा के कस्बा कोट ईसे खां में एक नौजवान द्वारा ससुराल परिवार से तंग परेशान होकर फंदा लगाकर आत्महत्या करने का मामला सामने आया है। इस संबंध में जानकारी देते हुए पारिवारिक सदस्यों ने बताया कि मृतक गगनदीप सिंह का एक वर्ष पहले परमजीत कौर के साथ विवाह हुआ था। मृतक के ससुर परिवार की ओर से शुरू से ही उसे तंग परेशान किया जा रहा था। जब उनके भाई को पता चला कि उसकी पत्नी पहले किसी और जगह विवाहित थी, लेकिन ससुर परिवार की ओर से ये बात छिपाकर रखी गई थी, फिर भी ससुर परिवार की ओर से उसके भाई को जानबूझकर बेइज्जत किया जा रहा था, जिस कारण उसके भाई ने ससुर परिवार से तंग आकर अपनी जीवन लीला समाप्त कर ली। आत्महत्या करने से पहले गगनदीप सिंह ने एक सुसाइड नोट भी लिखा है और खुद की एक वीडियो भी बनाई है, जिसमें ससुर परिवार उसकी पत्नी, सास और साले की ओर से जानबूझकर तलाक के लिए दबाव बनाने और 25 से 30 लाख रुपयों की मांग की बात की जा रही है, जिससे तंग परेशान होकर उसने आत्महत्या की है और उसने अपनी मौत के बाद इनके खिलाफ सख्त कार्रवाई की मांग की है। मोगा से हलचल के लिए निशी मनचंदा की रिपोर्ट। कारण सीगा ओदे सास ते घरवाली ओदे साले दे बरखलाफ परचा दर्ज हो गया जी। ਕਿਹੜੀ ਕਿਹੜੀ ਤਰ੍ਹਾਂ ਮਾਤਾ 306 506 34 IPC ਸਰ ਆਤਮਹੱਤਿਆ ਕਿਸ ਤਰ੍ਹਾਂ ਕੀਤੀ ਉਹਨੇ ਪੱਖੇ ਨਾਲ ਲਟਕ ਗਏ ਸਰ ਇੱਕ ਕੋਈ ਆਡੀਓ ਵੀ ਹੈ ਜਿਹੜੀਆਂ ਇਹਨਾਂ ਕੋਲੇ ਰਿਕਾਰਡਿੰਗਾਂ ਹੈਗੀਆਂ ਨੇ ਤੇ ਸੁਸਾਈਡ ਨੋਟ ਵੀ ਹੈ ਕੀ ਲਿਖਿਆ ਸੀ ਉਹਦੇ ਵਿੱਚ ਵੀ ਇਹ ਤਿੰਨਾਂ ਦਾ ਨਾਮ ਲਿਖਿਆ ਉਹਨੇ ਪਰਮਜੀਤ ਘਰ ਵਾਲੀ ਆ ਤੇ ਸੱਸ ਦਾ ਨਾਮ ਸਿਮਰਨ ਕੌਰ ਤੇ ਸਾਲੇ ਦਾ ਨਾਮ ਸਿਮਰਨ ਇੱਕ ਸਰ ਸੱਸ ਵੱਲੋਂ 25 ਤੋਂ 50 ਲੱਖ ਰੁਪਏ ਦੀ ਮੰਗ ਵੀ ਕੀਤੀ ਜਾ ਰਹੀ ਹੈ ਉਹ ਕਹਿੰਦੀ ਤਲਾਕ ਦੇ ਕਾਰਨ ਕਹਿੰਦੀ ਸੀ ਤਲਾਕ ਦਾ ਵੀ ਤਲਾਕ ਅਸੀਂ ਕਰਨਾ ਵਾ ਵੀ ਸਾਨੂੰ ਪੈਸੇ ਹੀ ਨਹੀਂ ਦਿੱਤੇ ਜਾਣ ਗਗਨਦੀਪ ਸਿੰਘ ਉਹਦਾ ਨਾਂ ਸੀਗਾ ਜੀ ਅਤੇ ਉਹਦੇ ਸਹੁਰੇ ਉਹਨੂੰ ਬੜਾ ਤੰਗ ਪਰੇਸ਼ਾਨ ਕਰਦੇ ਸੀ ਜਿਸ ਕਰਕੇ ਉਹਨੇ ਵੀ ਆਪਣੀ ਮੌਤ ਸਾਡੇ ਲਈ ਪਰ ਉਸ ਦੇ ਸਹੁਰਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਸਰ ਕਾਰਨ ਕੀ ਬਣਿਆ ਕਾਰਨ ਇਹ ਬਣਿਆ ਜੀ ਉਹ ਕੁੜੀ ਜਿਹੜੀ ਸੀਗੀ ਉਹਦੇ ਨਾਲ ਵਿਆਹੀ ਸੀਗੀ ਉਹ ਵੱਸ ਕੇ ਨਹੀਂ ਰਾਜੀ ਸੀ ਜਦੋਂ ਵੀ ਮਾੜੀ ਜਿਹੀ ਗੱਲ ਹੁੰਦੀ ਸੀ ਆਪਦੇ ਭਰਾ ਨੂੰ ਅਤੇ ਆਪਦੀ ਮਾਂ ਨੂੰ ਲੈ ਕੇ ਇੱਥੇ ਆ ਜਾਂਦੀ ਸੀ ਅਤੇ ਉਹਦੇ ਨਾਲ ਬਹੁਤ ਨਜਾਇਜ਼ ਕਰਦੇ ਸੀ ਵੱਧ ਘੱਟ ਬਹੁਤ ਬੋਲਦੇ ਸੀ ਜਿਹੜਾ ਉਹਦਾ ਸਾਲਾ ਸੀਗਾ ਉਹਦਾ ਸਹੁਰਾ ਪੁਲਿਸ 'ਚ ਆ ਉਹਦੇ ਦਵਾ ਦਿੰਦੇ ਸੀ ਕਿ ਤੈਨੂੰ ਉੱਥੇ ਲੰਮੇ ਪਵਾ ਕੇ ਕਟਾਵਾਂਗੇ ਤੇਰੇ ਨਾਲ ਬੁਰਾ ਹਾਲ ਕਰਾਂਗੇ ਬਸ ਉਹ ਇਸ ਗੱਲਾਂ ਨੂੰ ਹੀ ਆਪਦੇ ਸਦਮਾ ਲੈ ਕੇ ਅਤੇ ਉਹਨੇ ਇਹ ਕੰਮ ਕਦਮ ਚੱਕ ਲਿਆ ਹਾਂਜੀ ਸਾਰਾ ਕੁਛ ਆਡੀਓ ਵੀ ਹੈਗੀ ਆ ਉਹ ਲਿਖ ਕੇ ਵੀ ਚਲਾ ਗਿਆ ਜੀ ਉਹਦੀ ਸੱਸ ਸਾਲਾ ਅਤੇ ਉਹਦੀ ਘਰ ਵਾਲੀ ਉਹਨਾਂ ਦੇ ਕਾਰਨ ਮਰਿਆ ਜੀ ਉਹਨੇ ਸਾਰਾ ਕੁਛ ਲਿਖ ਦਿੱਤਾ ਵਾ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਹਾਂ ਵੀ ਵੱਧ ਤੋਂ ਵੱਧ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਵੀ ਜਿਹੜਾ ਸਾਡੇ ਮੁੰਡੇ ਨੇ ਇਹ ਕੰਮ ਕੀਤਾ ਵੀ ਸਾਡਾ ਮੁੰਡਾ ਤਾਂ ਮੁੜਨਾ ਨਹੀਂ ਪਰ ਉਹਨਾਂ ਨੂੰ ਇਹ ਚੀਜ਼ ਦੀ ਸਜ਼ਾ ਫੁੱਲ ਦੇਣੀ ਚਾਹੀਦੀ ਕਾਰਨ ਸਰ ਉਹਦਾ ਡਿਸਪਿਊਟ ਚੱਲ ਰਿਹਾ ਸੀ ਸਹੁਰਿਆਂ ਨਾਲ ਉਹ ਉਹਦੇ 'ਤੇ ਦਬਾਅ ਪਾਉਂਦੇ ਸੀ ਮੈਂਟਲੀ ਟੋਰਚਰ ਕਰਦੇ ਸੀਗੇ ਉਹਨੂੰ ਉਹ ਇਸੇ ਚੱਕਰ 'ਚ ਸਦਮਾ ਨਹੀਂ ਬਰਦਾਸ਼ਤ ਕਰ ਪਾਇਆ ਅਤੇ ਉਹਨੇ ਸੁਸਾਈਡ ਕਰ ਲਈ ਕਿਸ ਚੀਜ਼ ਦਾ ਜਿਹੜਾ ਦਬਾਅ ਬਣਾਉਂਦੇ ਸੀਗੇ ਦਬਾਅ ਇੱਕ ਤਾਂ ਉਹ ਕੁੱਟਮਾਰ ਦਾ ਬਣਾਉਂਦੇ ਸੀਗੇ ਇੱਕ ਉਹ ਡਿਮਾਂਡ ਕਰਦੇ ਪਏ ਸੀ 20 ਤੋਂ 50 ਲੱਖ ਰੁਪਈਏ ਦੀ ਵੀ ਸਾਨੂੰ ਜਾਂ ਤਾਂ 20 ਤੋਂ 50 ਲੱਖ ਰੁਪਈਆ ਦਿਉ ਅਸੀਂ ਕੁੜੀ ਨਹੀਂ ਭੇਜ ਨਹੀਂ ਡਿਵੋਰਸ ਲੈ ਲਓ ਇਸ ਚੀਜ਼ ਦਾ ਦਬਾਅ ਬਣਾਉਂਦੇ ਸੀ ਇੱਕ ਕੁੜੀ ਪਹਿਲਾਂ ਮੈਰਿਡ ਸੀ ਉਹ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਉਹ ਸਾਨੂੰ ਬਾਅਦ 'ਚੋਂ ਪਤਾ ਲੱਗਾ 400